ਇਕ ਹੋਰ ਦੋਸਤ ਨੇ ਤੁਹਾਡੇ ਜਿਨ੍ਹਾਂ ਨੇ ਕਿਸਮਤ ਆਜ਼ਮਾਈ ਛੋਟੀ ਉਮਰ ਦੇ ਵਿਚਕਾਰੀ ਗਾਇਕ ਤੋਂ ਸਿਆਸਤ ਦੇ ਵਿਚਾਰ ਕਦਮ ਰੱਖਿਆ ਪਰ ਜਿੱਤ ਨਹੀਂ ਪਾਇਆ ਸਿੱਧੂ ਮੂਸੇਵਾਲਾ ਜੀ ਬਿਲਕੁਲ ਦੇਖੋ ਟਰਾਈ ਕਰਨਾ ਚਾਹੀਦਾ ਹੈ ਮੈਨੂੰ ਤਾਂ ਇਹ ਖੁਸ਼ੀ ਹੈ ਕਿ ਐਟ ਲੀਸਟ ਹੀ ਟ੍ਰਾਈਡ ਜੇ ਪਰ ਕੋਸ਼ਿਸ਼ ਹੀ ਨਹੀਂ ਕਰਾਂਗੇ ਜੇ ਆਪਾਂ ਹੁਣ ਘਰੇ ਬੈਠੇ ਰਵਾਂਗੇ ਕਿ ਯਾਰ ਐਦਾਂ ਹੋ ਜਾਊਗਾ ਤਾਂ ਐਦਾਂ ਹੋ ਜਾਊਗਾ ਮੈਨੂੰ ਵਧੀਆ ਗੱਲ ਲੱਗੀ ਕਿ ਸਾਡੀ ਗੱਲ ਵੀ ਹੁੰਦੀ ਹੁੰਦੀ ਸੀ ਫੋਨ ਤੇ ਮੈਨੂੰ ਉਦੋਂ ਸਿੱਧੂ ਇਹੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਭਾਈ ਆਪਾਂ ਯਾਰ ਆਪਣਾ ਕਿਹੜਾ ਕੋਈ ਪੈਸਿਆਂ ਵਾਲੀ ਆਉਣਾ ਇਸ ਫੀਲਡ 'ਚ ਇਹ ਆਪਾਂ ਕਿਹੜਾ ਇਸ ਫੀਲਡ 'ਚ ਜਾ ਕੇ ਕੋਈ ਪੈਸੇ ਬਣਾ ਲਾਂਗੇ ਕਿਉਂਕਿ ਸਾਨੂੰ ਸਾਡੀ ਫੀਲਡ ਨੇ ਬਹੁਤ ਇੱਜ਼ਤ ਦਿੱਤਾ ਸਾਨੂੰ ਸਾਡੇ ਜਿਹੜਾ ਪ੍ਰੋਫੈਸ਼ਨ ਹੈ ਇਹਦੇ 'ਚ ਬਹੁਤ ਨਾਮਣਾ ਮਿਲਿਆ ਹੋਇਆ ਤਾਂ ਉਹ ਇਹੀ ਕੰਨਾ ਸੀ ਕੰਨਾ ਯਾਰ ਮੈਨੂੰ ਇਹ ਹੈ ਕਿ ਮੈਂ ਜੇ ਕਿਸੇ ਦੇ ਕੰਮ ਆ ਜਾ ਮੇਰਾ ਜੀਵ ਹੀ ਕਰਦਾ ਹੋਰ ਕੋਈ ਮੇਰੀ ਸੋਚ ਜਾਂ ਪਲੈਨਿੰਗ ਹੈ ਨਹੀਂਗੀ ਮੈਨੂੰ ਤਾਂ ਇਹੀ ਹੈ ਕਿ ਬਸ ਜੇ ਚਾਰ ਬੰਦਿਆਂ ਦਾ ਭਲਾ ਮੈਂ ਕਰ ਸਕਾਂ ਔਰ ਮੈਦਾਨ ਚ ਉਤਰਿਆ ਮੈਦਾਨ ਚ ਉਤਰਨੇ ਬਹੁਤ ਵੱਡੀ ਗੱਲ ਆ ਨਹੀਂ ਜਿੱਤ ਪਾਇਆ ਜਥਾਰ ਬਣੀ ਹੈ ਦੇਖੋ ਕੋਈ ਗੀਤ ਆਪਾਂ ਕਰਦੇ ਹੋ ਕੋਈ ਚੱਲਦਾ ਕੋਈ ਨਹੀਂ ਚੱਲਦਾ ਕੋਈ ਫਿਲਮ ਕਰਦੇ ਕੋਈ ਚੱਲਦਾ ਕੋਈ ਨਹੀਂ ਚੱਲਦਾ ਇਹਦਾ ਮਤਲਬ ਇਹ ਤਾਂ ਨਹੀਂ ਆਪਾਂ ਛੱਡ ਦਿੰਨੇ ਆ ਬਟ ਮੈਂ ਬੈਸਟ ਵਿਸ਼ਸ ਦਿੰਨਾ ਮੇਰੇ ਭਰਾ ਨੂੰ ਐਂਡ ਜ਼ਰੂਰ ਅਗਲੀ ਵਾਰੀ ਉਹ ਜ਼ਰੂਰ ਕੰਟੈਸਟ ਕਰੇ ਐਂਡ ਪਰਮਾਤਮਾ ਨੂੰ ਜਿੱਤਦਾ ਝੰਡਾ ਦੇਵੇ ਜਦੋਂ ਆਪਾਂ ਕਹਿੰਦੇ ਨੇ ਦੋਸਤ ਭਰਾ ਕੋਈ ਟੀਚਰ ਵੀ ਦੇ ਦਿੰਦਾ ਦੱਸ ਜਾਣ ਦਿਓ ਅੱਗਿਆਰੀ ਸੰਧੂ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਾਰਤ ਲਿਖਿਆ ਬੰਦੇ ਮੌਤ ਮਾਰਦੀ ਮੈਂ ਦੇਖੀ ਨਹੀਂ ਉਹ ਚੀਜ਼ ਜਿਹੜੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਪਤਾ ਨਹੀਂ ਕਿਹੜੇ ਕੰਟੈਕਸਟ ਉਹਨਾਂ ਨੇ ਕਹੀ ਹੋਣੀ ਆ ਮੈਂ ਜਦੋਂ ਮਿਲਿਆ ਗੈਰੀ ਬੈਨੂੰ ਜ਼ਰੂਰ ਪੁੱਛੂੰਗਾ ਪਰ ਹੁਣ ਮੈਨੂੰ ਪਤਾ ਹੀ ਨਹੀਂ ਨਾ ਗੱਲ ਕਲੀਅਰ ਨਹੀਂ ਕਿ ਉਹਨਾਂ ਨੇ ਕਿਹੜੇ ਕੰਟੈਕਸਟ 'ਚ ਪੁੱਛੀ ਆ ਇੱਕ ਹੋਰ ਦੋਸਤ ਨੇ ਤੁਹਾਡੇ ਜਿਨ੍ਹਾਂ ਨੇ ਕਿਸਮਤ ਆਜ਼ਮਾਈ ਛੋਟੀ ਉਮਰ ਦੇ ਵਿਚਕਾਰੀ ਗਾਇਕ ਤੋਂ ਸਿਆਸਤ ਦੇ ਵਿਚਾਰ ਕਦਮ ਰੱਖਿਆ ਪਰ ਜਿੱਤ ਨਹੀਂ ਪਾਇਆ ਸਿੱਧੂ ਮੂਸੇਵਾਲਾ ਜੀ ਬਿਲਕੁਲ ਦੇਖੋ ਟਰਾਈ ਕਰਨਾ ਚਾਹੀਦਾ ਹੈ ਮੈਨੂੰ ਤਾਂ ਇਹ ਖੁਸ਼ੀ ਆ ਕਿ ਐਟਲੀਸਟ ਹੀ ਟਰਾਈ ਜੇ ਪਰ ਕੋਸ਼ਿਸ਼ ਹੀ ਨਹੀਂ ਕਰਾਂਗੇ ਜੇ ਆਪਾਂ ਹੁਣ ਘਰੇ ਬੈਠੇ ਰਵਾਂਗੇ ਕਿ ਯਾਰ ਐਦਾਂ ਹੋ ਜਾਊਗਾ ਤਾਂ ਐਦਾਂ ਹੋ ਜਾਊਗਾ ਮੈਨੂੰ ਵਧੀਆ ਗੱਲ ਲੱਗੀ ਕਿ ਸਾਡੀ ਗੱਲ ਵੀ ਹੁੰਦੀ ਹੁੰਦੀ ਸੀ ਫੋਨ ਤੇ ਮੈਨੂੰ ਉਦੋਂ ਸਿੱਧੂ ਇਹੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਭਾਈ ਆਪਾਂ ਯਾਰ ਆਪਣਾ ਕਿਹੜਾ ਕੋਈ ਪੈਸਿਆਂ ਵਾਲੀ ਆਉਣਾ ਇਸ ਫੀਲਡ 'ਚ ਇਹ ਆਪਾਂ ਕਿਹੜਾ ਇਸ ਫੀਲਡ ਜਾ ਕੇ ਕੋਈ ਪੈਸੇ ਬਣਾ ਲਾਂਗੇ ਕਿਉਂਕਿ ਸਾਨੂੰ ਸਾਡੀ ਫੀਲਡ ਨੇ ਬਹੁਤ ਇੱਜ਼ਤ ਦਿੱਤਾ ਸਾਨੂੰ ਸਾਡੇ ਜਿਹੜਾ ਪ੍ਰੋਫੈਸ਼ਨ ਹੈ ਇਹਦੇ 'ਚ ਬਹੁਤ ਨਾਮਣਾ ਮਿਲਿਆ ਹੋਇਆ ਹੈ ਤਾਂ ਉਹ ਹੀ ਕਹਿੰਦਾ ਸੀ ਕਹਿੰਦਾ ਯਾਰ ਮੈਨੂੰ ਇਹ ਹੈ ਕਿ ਮੈਂ ਜੇ ਕਿਸੇ ਦੇ ਕੰਮ ਆ ਜਾ ਮੇਰਾ ਜੀਵ ਹੀ ਕਰਦਾ ਹੋਰ ਕੋਈ ਮੇਰੀ ਸੋਚ ਜਾਂ ਪਲੈਨਿੰਗ ਹੈ ਨਹੀਂਗੀ ਮੈਨੂੰ ਤਾਂ ਇਹ ਹੀ ਹੈ ਕਿ ਬਸ ਜੇ ਚਾਰ ਬੰਦਿਆਂ ਦਾ ਭਲਾ ਮੈਂ ਕਰ ਸਕਾਂ ਉਹ ਮੈਦਾਨ ਚ ਉਤਰਿਆ ਮੈਦਾਨ ਚ ਉਤਰਨੇ ਬਹੁਤ ਵੱਡੀ ਗੱਲ ਹੈ ਨਹੀਂ ਜਿੱਤ ਪਾਇਆ ਜਿੱਥਾਰ ਬਣੀ ਹੈ ਦੇਖੋ ਕੋਈ ਗੀਤ ਆਪਾਂ ਕਰਦੇ ਹਾਂ ਕੋਈ ਚੱਲਦਾ ਕੋਈ ਨਹੀਂ ਚੱਲਦਾ ਕੋਈ ਫਿਲਮ ਕਰਦੇ ਹਾਂ ਕੋਈ ਚੱਲਦਾ ਕੋਈ ਨਹੀਂ ਚੱਲਦਾ ਇਹਦਾ ਮਤਲਬ ਇਹ ਤਾਂ ਨਹੀਂ ਆਪਾਂ ਛੱਡ ਦਿੰਨੇ ਆ ਬਟ ਮੈਂ ਬੈਸਟ ਵਿਸ਼ੇਸ ਦਿਨਾ ਮੇਰੇ ਭਰਾ ਨੂੰ ਐਂਡ ਜ਼ਰੂਰ ਅਗਲੀ ਵਾਰੀ ਉਹ ਜ਼ਰੂਰ ਕੰਟੈਸਟ ਕਰੇ ਐਂਡ ਪਰਮਾਤਮਾ ਨੂੰ ਜਦੋਂ ਤਾਂ ਪਾ ਕਹਿੰਦੇ ਨੇ ਦੋਸ ਭਰਾ ਕੋਈ ਟੀਚਰ ਵੀ ਦੇ ਦਿੰਦਾ ਦੱਸਣ ਦੇ ਜਾਣ ਦਿਓ ਆਗਿਆਰੀ ਸੰਧੂ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਾਰਤ ਲਿਖਿਆ ਬੰਦੇ ਮੌਤ ਮਾਰਦੀ ਨਾ ਮਾਰਦੀ ਬੰਦੇ ਨੂੰ ਆਕੜ ਮਾਰਦੀ ਮੈਂ ਦੇਖੀ ਨਹੀਂ ਉਹ ਚੀਜ਼ ਜਿਹੜੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਪਤਾ ਨਹੀਂ ਕਿਹੜੇ ਕੰਟੈਕਸਟ 'ਚ ਉਹਨਾਂ ਨੇ ਕਹੀ ਹੋਣੀ ਆ ਮੈਂ ਜਦੋਂ ਮਿਲਿਆ ਗਿਆਰੀ ਬੈਨ ਨੂੰ ਜ਼ਰੂਰ ਪੁੱਛੂੰਗਾ

9648